ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਸੋ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਮੈਂ ਤੁਹਾਡਾ ਮਹਿਕ ਵਾਂਸ ਅਗੇਨ ਬੈਕ ਵਿਦ ਅਨਦਰ ਵਲੌਗ ਅਨਦਰ ਵਲੌਗ ਜਿਹੜਾ ਅੱਜ ਵਾਲਾ ਵਲੌਗ ਹੈ ਜੀ ਉਹ ਥੋੜਾ ਹੋਏਗਾ ਇਨਫੋਰਮੇਟਿਵ ਹੁਣੇ ਫ੍ਰੀ ਹੋਇਆ ਮੈਂ ਕਿਹਾ ਚਲੋ ਇੱਕ ਇਨਫੋਰਮੇਟਿਵ ਵਲੌਗ ਬਣਾ ਲੈਂਦੇ ਹਾਂ ਜਿਨ੍ਹਾਂ ਨੇ ਟਰੱਕ ਦਾ ਲਾਇਸੈਂਸ ਬਣਾਉਣਾ ਉਹਨਾਂ ਨੂੰ ਦੱਸ ਦਈਏ ਕਿ ਟਰੱਕ ਦਾ ਲਾਇਸੈਂਸ ਕਿੱਦਾਂ ਬਣਦਾ ਤੇ ਕੀ ਰਿਕੁਆਇਰਮੈਂਟਸ ਹੈ ਕੈਨੇਡਾ ਦੇ ਵਿੱਚ ਜਾਂ ਕਿਹੜੇ ਕਿਹੜੇ ਐਗਜ਼ਾਮਸ ਕਲੀਅਰ ਕਰਨੇ ਪੈਂਦੇ ਆ ਅਗਰ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਪਲੀਜ਼ ਆਪਣਾ ਕਮੈਂਟ ਜ਼ਰੂਰ ਦੇ ਕੇ ਜਾਇਓ ਥੱਲੇ ਕਿ ਤੁਹਾਨੂੰ ਵਧੀਆ ਲੱਗੀ ਜਾਂ ਬਕਵਾਸ ਲੱਗੀ ਜਾਂ ਕੋਈ ਵੀ ਮਾੜੀ ਚੀਜ਼ ਪਲੀਜ਼ ਭਾਵੇਂ ਮਾੜਾ ਵੀ ਹੋਏਗਾ ਲਿਖ ਕੇ ਜਾਇਓ ਮੈਂ ਇੰਪਰੂਵ ਕਰੂੰਗਾ ਉਸ ਚੀਜ਼ ਨੂੰ ਐਂਡ ਰਾਈਟ ਨਾਓ ਮੇ ਬੀ 1000 ਸਬਸਕ੍ਰਾਈਬਰ ਤੇ ਵੀਡੀਓ ਮੈਂ ਪਾਵਾਂ ਜਾਂ 1000 ਸਬਸਕ੍ਰਾਈਬਰ ਅਗਰ ਹੋਣ ਵਾਲੇ ਆ ਤਾਂ ਪਲੀਜ਼ ਕਰ ਦਿਓ ਰਿਕੁਐਸਟ ਆ ਐਂਡ ਬੈਲ ਆਈਕਨ ਵਗੈਰਾ ਔਨ ਕਰ ਲਿਓ ਅਗਰ ਹੋਰ ਵੀ ਟਰੱਕ ਦੀਆਂ ਵੀਡੀਓਜ਼ ਦੇਖਣੀਆਂ ਤਾਂ ਮੇਰੇ ਚੈਨਲ ਤੇ ਜਾ ਕੇ ਤੁਸੀਂ ਵਾਚ ਕਰ ਸਕਦੇ ਹੋ ਆ ਜਾਓ ਆਪਾਂ ਗੱਲਾਂ ਪਤਾ ਕਰਦੇ ਹਾਂ ਕਿ ਕਿਹੜਾ ਕਿਹੜਾ ਲਾਇਸੈਂਸ ਚਾਹੀਦਾ ਪ੍ਰੋਪਰਲੀ ਤੁਹਾਨੂੰ ਐਕਸਪਲੇਨ ਕਰੂੰਗਾ ਸੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਮੇਰੇ ਨਾਲ ਰਹਿੰਦੇ ਨੇ ਸਾਰੇ ਮੁੰਡੇ ਨੇ ਅੰਬਰ ਸਰ ਵਾਲੇ ਅੱਜ ਨੇ ਮੇਰੇ ਨਾਲ ਘੁੰਮਦੇ ਮੁੰਡੇ ਨੇ ਅੰਬਰ ਸਰ ਵਾਲੇ ਅੱਜ ਨੇ ਮੇਰੇ ਨਾਲ ਘੁੰਮਦੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਟਰੱਕ ਦੇ ਲਾਇਸੈਂਸ ਬਣਾਉਣ ਵਾਸਤੇ ਤੁਹਾਨੂੰ ਸਟੈਪ ਬਾਏ ਸਟੈਪ ਪਹਿਲਾਂ ਕਿਹੜੇ ਲਾਇਸੈਂਸ ਬਣਾਉਣੇ ਪੈਣਗੇ ਠੀਕ ਹੈ ਜੀ ਉਹਨਾਂ ਵਿੱਚੋਂ ਕਿੱਦਾਂ ਕਿੱਦਾਂ ਕੀ ਪ੍ਰੋਸੈਸ ਹੈਗਾ ਉਹਨਾਂ ਦਾ ਸਾਰਾ ਦਾ ਐਕਸਪਲੇਨ ਕਰਾਂਗਾ ਤੁਸੀਂ ਇਹ ਇੱਕ ਹਿਸਾਬ ਦੀ ਸਕਰੀਨ ਮੰਨ ਲਓ ਇੱਥੇ ਤੁਹਾਨੂੰ ਸਾਰਾ ਕੁਝ ਆਈ ਜਾਊਗਾ ਸੋ ਸਭ ਤੋਂ ਪਹਿਲਾਂ ਆਉਂਦਾ ਹੈ ਜੀ G1 ਠੀਕ ਹੈ ਦੈਨ ਆਉਂਦਾ ਹੈ G2 GAZ ਐਂਡ AZ ਠੀਕ ਹੈ ਜੀ ਫਾਈਨਲ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ G1 ਦੀ G1 ਦੇ ਵਿੱਚ ਕੀ ਹੁੰਦਾ ਹੈ 20 ਕੁਐਸਚਨਸ ਆਫ ਸਾਈਨ 20 ਕੁਐਸਚਨ ਹੁੰਦੇ ਆ ਰੂਲ ਐਂਡ ਰੈਗੂਲੇਸ਼ਨ ਦੇ ਜਿਹੜੇ ਇਹ ਕੁਐਸਚਨ ਹੁੰਦੇ ਆ ਇਹਦੇ ਵਿੱਚ ਕੁਝ ਨਹੀਂ ਹੁੰਦਾ ਤੁਸੀਂ ਰੋਡ ਦੇ ਉੱਤੇ ਜਿਹੜੇ ਸਾਈਨ ਬੋਰਡਸ ਲੱਗੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਜਦੋਂ ਪੇਪਰ ਦੇਣ ਜਾਂਦੇ ਹੋ ਕੰਪਿਊਟਰ ਬੇਸ ਪੇਪਰ ਹੁੰਦਾ ਆ ਕਿਸੇ ਵੀ ਓਨਟੈਰੀਓ ਦੇ ਵਿੱਚ ਕਿਸੇ ਵੀ ਡਰਾਈਵ ਟੈਸਟ ਤੇ ਜਾ ਕੇ ਡਰਾਈਵ ਟੈਸਟ ਸੈਂਟਰ ਤੇ ਜਾ ਕੇ ਤੁਸੀਂ ਉਹਨਾਂ ਨੂੰ ਜਾਣਾ ਅੰਦਰ ਜਾਣਾ ਉਹਨਾਂ ਨੂੰ ਕਹਿਣਾ ਜੀ ਅਸੀਂ G1 ਦਾ ਪੇਪਰ ਦੇਣਾ ਤੇ G1 ਦੇ ਪੇਪਰ ਵਾਸਤੇ ਤੁਹਾਡੀ ਇੱਕ ਫੋਟੋ ਹੋਏਗੀ ਤੁਹਾਡੇ ਫਿੰਗਰਪ੍ਰਿੰਟਸ ਹੋਣਗੇ ਆਈ ਟੈਸਟ ਹੋਏਗਾ ਫਿਰ ਤੁਹਾਨੂੰ ਉਹ G1 ਦੇ ਪੇਪਰ ਵਾਸਤੇ ਭੇਜਣਗੇ ਉੱਥੇ ਕੰਪਿਊਟਰ ਲੱਗਾ ਹੋਏਗਾ ਕੰਪਿਊਟਰ ਦੇ ਉੱਤੇ ਜਾ ਕੇ ਕੁਐਸਚਨਸ ਆਣਗੇ 20 ਐਂਡ 20 ਜਿਹਦੇ ਚੋਂ ਤੁਸੀਂ 16 ਸਹੀ ਕਰਨੇ ਆ ਦੋਨਾਂ ਚੋਂ 16 ਸਹੀ ਹੋਣੇ ਚਾਹੀਦੇ ਆ ਠੀਕ ਹੈ ਜੀ ਜੇ ਤੁਹਾਡੇ 16 ਸਹੀ ਹੋ ਗਏ ਤਾਂ ਤੁਸੀਂ ਕਲੀਅਰ ਕਰ ਜਾਓਗੇ ਕੁਐਸਚਨਸ ਬਹੁਤ ਈਜ਼ੀ ਹੁੰਦੇ ਆ ਮੈਂ ਤਾਂ ਬਾਹਰ ਲਾਈਨ 'ਚ ਲੱਗਾ ਸੀ ਲਾਈਨ 'ਚ ਲੱਗਿਆ ਸੀ ਪੜ੍ਹ ਕੇ ਮੈਂ ਸਿੱਧਾ G1 ਦੇਣ ਚਲ ਗਿਆ ਔਰ ਮੇਰਾ ਕਲੀਅਰ ਹੋ ਗਿਆ ਬਟ ਇੱਥੇ ਇੱਕ ਚੀਜ਼ ਮੈਂ ਇੰਪੋਰਟੈਂਟ ਦੱਸਦਾਂ ਕਿ ਅਗਰ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੈਗਾ ਆ ਹਨਾ ਤਾਂ ਪਲੀਜ਼ ਮੇਕ ਸ਼ੋਰ ਕਰਿਓ ਕਿ ਆਪਣਾ ਸਬਟ੍ਰੈਕਟ ਜਿਹੜਾ ਆ ਉੱਥੋਂ ਜ਼ਰੂਰ ਬਣਾ ਕੇ ਲੈ ਕੇ ਆਇਓ ਕਚਹਿਰੀ ਤੋਂ ਕੋਰਟ ਤੋਂ ਬਣ ਜਾਂਦਾ ਆ ਤਾਂ ਕਿ ਉਹ ਤੁਸੀਂ ਇੱਥੇ ਜਦੋਂ ਆਓ ਤਾਂ ਤੁਸੀਂ ਉਹਨਾਂ ਨੂੰ ਦੱਸੋ ਕਿ ਸਾਡੇ ਕੋਲ ਐਕਸਪੀਰੀਅੰਸ ਹੈਗਾ ਆ ਜੇ ਤਾਂ 1 ਸਾਲ ਦਾ ਹੈਗਾ ਤਾਂ ਉਹ ਵੀ ਪੈ ਜਾਂਦਾ ਜੇ 2 ਸਾਲ ਤੋਂ ਵੱਧ ਜਾਂ 3 ਸਾਲ ਤੋਂ ਵੱਧ ਹੈਗਾ ਤਾਂ ਬਹੁਤ ਵਧੀਆ ਕਿਉਂਕਿ ਤੁਹਾਨੂੰ G1 ਦਿੰਦੇ ਸਾਰ ਹੀ ਤੁਹਾਨੂੰ ਅਗਲਾ ਦੱਸਦਾ ਹੈ ਕਿਹੜਾ ਦੇਣਾ ਪਏਗਾ ਬਟ ਇਹ ਤੁਸੀਂ ਪਲੀਜ਼ ਉੱਥੇ G1 ਦੇ ਟਾਈਮ ਤੇ ਹੀ ਸਬਮਿਟ ਕਰਵਾਉਣਾ ਹੈ ਐ ਨਾ ਕਰਿਓ ਕਿ G2 ਜਾਂ G ਵਾਲੀ ਸਬਮਿਟ ਕਰਾ ਲਿਓ ਉਹ ਤੁਸੀਂ ਪਲੀਜ਼ G1 ਦੇ ਟਾਈਮ ਤੇ ਸਬਮਿਟ ਕਰਾਉਣਾ ਹੈ ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਹੈਗਾ ਹੈ ਜੀ G2 ਜਿਹੜਾ ਐਗਜ਼ਾਮ ਆ ਉਹਦੇ ਵਿੱਚ ਹੁੰਦਾ ਹੈ ਜੀ ਡਰਾਈਵ ਟੈਸਟ ਤੁਸੀਂ ਗੱਡੀ ਚਲਾ ਕੇ ਦਿਖਾਉਂਦੇ ਹੋ ਇੰਸਟ੍ਰਕਟਰ ਨੂੰ ਉਹਦੇ ਵਿੱਚ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਕੋਲ ਤੁਸੀਂ ਡਰਾਈਵ ਟੈਸਟ ਤੁਸੀਂ ਪਹਿਲਾਂ ਤਿਆਰੀ ਕਰਨੀ ਆ ਕਿਸੇ ਵੀ ਇੱਕ ਇੰਸਟ੍ਰਕਟਰ ਦੇ ਕੋਲ ਜਾਣਾ ਜਾਂ ਅਗਰ ਤੁਹਾਡਾ ਕੋਈ ਬ੍ਰਦਰ ਸਿਸਟਰ ਇੱਥੇ ਰਹਿੰਦਾ ਹੈ ਜਿਹਨੂੰ 3 ਸਾਲ ਤੋਂ ਉੱਤੇ ਲਾਇਸੈਂਸ ਉਹਦਾ ਐਕਸਪੀਰੀਅੰਸ ਹੈਗਾ ਉਹ ਤੁਹਾਨੂੰ ਜੀ ਦੇ ਉੱਤੇ ਉਹ ਤੁਹਾਨੂੰ ਸਿਖਾ ਸਕਦਾ ਅਗਰ ਮੈਂ ਤਾਂ ਸੁਜੈਸਟ ਕਰੂੰਗਾ ਕਿਸੇ ਵੀ ਆਪਣਾ ਉਹਦੇ ਕੋਲ ਚਲ ਜਾਣਾ ਜਿਹੜੇ ਹੁੰਦੇ ਆ ਸਿਖਾਉਣ ਵਾਲੇ ਉਹ ਤੁਹਾਨੂੰ ਬਹੁਤ ਵਧੀਆ ਸਿਖਾ ਦੇਣਗੇ ਉਹ ਤਰੀਕੇ ਨਾਲ ਦੱਸਣਗੇ ਹਨਾ ਸਾਰਾ ਕੁਝ ਸੋ ਉਹਦੇ ਕੋਲ ਜਦੋਂ ਜੀ ਦੀ ਆਪਾਂ G2 ਦੀ ਗੱਲ ਕਰਦੇ ਆ G2 ਦੇ ਵਿੱਚ ਆਪਾਂ ਡਰਾਈਵ ਟੈਸਟ ਤੇ ਜਾਣਾ ਹੁੰਦਾ ਡਰਾਈਵ ਟੈਸਟ ਤੇ ਜਾ ਕੇ ਉੱਥੇ ਆਪਾਂ ਫੀਸ ਪੇ ਕੀਤੀ ਹੁੰਦੀ ਆ ਸੋ ਉੱਥੇ ਜਾ ਕੇ ਇੱਕ ਰਿਸਿਪਟ ਨੰਬਰ ਲੈਣੀ ਹੁੰਦੀ ਆ ਸੋ ਆਪਾਂ ਵੇਟ ਕਰਦੇ ਆ ਆਨਲਾਈਨ ਬੁਕਿੰਗ ਹੁੰਦੀ ਆ ਜੀ ਉਹਦੀ ਪਹਿਲਾਂ ਬੁੱਕ ਕਰਨਾ ਪੈਂਦਾ ਆ G2 ਦਾ ਟੈਸਟ ਸੋ ਜਦੋਂ ਆਪਾਂ G2 ਦਾ ਟੈਸਟ ਬੁੱਕ ਕਰਵਾ ਕੇ ਆਪਾਂ ਜਾਂਦੇ ਆ ਡਰਾਈਵ ਟੈਸਟ ਦੇ ਉੱਤੇ ਸਾਡੇ ਕੋਲ ਇੱਕ ਇੰਸਟ੍ਰਕਟਰ ਆਂਦਾ ਇੰਸਟ੍ਰਕਟਰ ਆ ਕੇ ਸਾਡੇ ਨਾਲ ਬੈਂਦਾ ਦੈਨ ਉਹ ਸਾਨੂੰ ਲੈ ਕੇ ਚੱਲਦਾ ਜੀ ਰੋਡ ਤੇ ਅਸੀਂ ਉਹਨੂੰ ਇੱਕ ਹਿਸਾਬ ਦਾ ਰੋਡ ਦੇ ਉੱਤੇ ਗੱਡੀ ਚਲਾ ਕੇ ਦਿਖਾਣੀ ਆ ਕਿ ਹਾਂ ਅਸੀਂ ਗੱਡੀ ਚਲਾ ਸਕਦੇ ਆ ਉਹਦੇ ਉੱਤੇ ਅੱਧਾ ਘੰਟਾ 45 ਮਿੰਟ ਤੁਹਾਡੇ ਕੋਲ ਗੱਡੀ 'ਚ ਅੱਧਾ ਘੰਟਾ ਆਈ ਥਿੰਕ ਸੋ ਗੱਡੀ ਚਲਵਾਉਂਦੇ ਆ ਸੋ ਉਹਦੇ ਵਿੱਚ ਉਹਨੇ ਲੇਨਸ ਚੇਂਜ ਕਰਾਉਂਦਾ ਸਪੀਡ ਤੁਹਾਡੀ ਚੈੱਕ ਕਰਦਾ ਹਨਾ ਤੁਸੀਂ ਸਾਈਡਸ ਦੇਖਦੇ ਹੋ ਕਿ ਨਹੀਂ ਦੇਖਦੇ ਬਲਾਈਂਡ ਸਪੋਟਸ ਚੈੱਕ ਕਰਦੇ ਹੋ ਕਿ ਨਹੀਂ ਕਰਦੇ ਸਾਰਾ ਕੁਝ ਦੱਸਦਾ ਉਹਦੇ ਵਿੱਚ ਦੈਨ ਉਹ ਤੋਂ ਬਾਅਦ ਕੀ ਹੁੰਦਾ ਕਿ ਉਹ ਤੁਹਾਨੂੰ ਆ ਕੇ ਦੱਸਦਾ ਤੁਸੀਂ ਪਾਸ ਕੀਤਾ ਜਾਂ ਫੇਲ ਕੀਤਾ ਬਟ G2 ਦੇ ਟਾਈਮ ਦੇ ਉੱਤੇ ਤੁਹਾਡੇ ਕੋਲੋਂ ਗੱਡੀ ਲੈ ਕੇ
ਉਹ ਹਾਈਵੇ ਤੇ ਨਹੀਂ ਲੈ ਕੇ ਜਾਂਦਾ। ਇਹ ਚੀਜ਼ ਹਮੇਸ਼ਾ ਧਿਆਨ ਰੱਖਿਓ। G1 ਹੋ ਗਿਆ ਪੇਪਰ, ਰਿਟਨ ਪੇਪਰ। G2 ਹੋ ਗਿਆ ਤੁਹਾਡਾ ਗੱਡੀ ਚਲਾਉਣ ਵਾਲਾ। G2 ਦੇ ਵਿੱਚ ਤੁਹਾਡੇ ਕੋਲ ਉਹ ਹਾਈਵੇ ਤੇ ਨਹੀਂ ਲੈ ਕੇ ਜਾਏਗਾ ਤੁਹਾਡੀ ਗੱਡੀ ਨੂੰ, ਕਿਉਂਕਿ ਤੁਸੀਂ G2 ਦੇ ਵਿੱਚ ਹਾਈਵੇ ਤੇ ਗੱਡੀ ਨਹੀਂ ਚਲਾ ਸਕਦੇ। ਠੀਕ ਹੈ ਜੀ। ਰਾਤ ਨੂੰ ਰਿਸਟ੍ਰਿਕਸ਼ਨਸ ਹੁੰਦੀਆਂ ਆ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ। ਸੋ ਤੁਸੀਂ ਗੱਡੀ ਨਹੀਂ ਚਲਾ ਸਕਦੇ, ਉਹ ਟੈਸਟ ਹੀ ਨਹੀਂ ਲੈਂਦੇ ਹਾਈਵੇ ਦਾ। ਦੈਨ ਆਉਂਦਾ ਹੈ G G G test। G test ਇੱਕ ਲਾਈਕ ਮੇਨ ਡਰਾਈਵਿੰਗ ਟੈਸਟ ਤੁਸੀਂ ਕਹਿ ਸਕਦੇ ਹੋ ਕਿ ਗੱਡੀ ਦਾ ਮੇਨ ਟੈਸਟ। G2 ਤੇ ਤੁਸੀਂ ਗੱਡੀ ਚਲਾ ਸਕਦੇ ਹੋ। ਬੜੇ ਲੋਕੀ ਆ ਜਿਹਨਾਂ ਨੇ ਹਜੇ ਤੱਕ G ਬਣਾਏ ਨਹੀਂ, G2 ਤੇ ਹੀ ਗੱਡੀ ਚਲਾਈ ਜਾ ਰਹੇ ਆ, ਕਿਉਂਕਿ ਉਹ ਕਹਿੰਦੇ ਕੀ ਕਰਨਾ ਬਣਾ ਕੇ, ਉਹਨਾਂ ਨੂੰ ਸ਼ੌਂਕ ਨਹੀਂ ਹਨਾ, ਉਹਨਾਂ ਨੇ ਕੀ ਕਰਨਾ। ਸੋ ਉਹ ਹਾਈਵੇ ਵੀ ਚਲਾਈ ਜਾਂਦੇ ਆ, ਲੋਕੀ ਪ੍ਰਵਾਹ ਨਹੀਂ ਕਰਦੇ ਰਾਤ ਨੂੰ ਵੀ ਦਿਨੇ ਵੀ। ਬਟ ਜੇ ਅਗਰ ਪੁਲਿਸ ਵਾਲਾ ਘੇਰੇ, ਵਾਰਨਿੰਗ ਵੀ ਦੇ ਸਕਦਾ, ਟਿਕਟ ਵੀ ਦੇ ਸਕਦਾ, ਬਟ ਟਿਕਟ ਹੀ ਦੇਗਾ। ਸੋ ਦੈਨ ਆਪਾਂ ਹੁਣ ਗੱਲ ਕਰਦੇ ਹਾਂ G ਦੀ। G ਦੇ ਵਿੱਚ ਕੀ ਹੁੰਦਾ, ਸੇਮ ਪ੍ਰੋਸੈਸ ਕਿ ਤੁਸੀਂ ਡਰਾਈਵ ਟੈਸਟ ਦੇ ਉੱਤੇ ਤੁਸੀਂ ਆਪਣਾ ਪਹਿਲਾਂ ਔਨਲਾਈਨ ਜਾ ਕੇ ਆਪਣਾ ਡੇਟ ਬੁੱਕ ਕਰਦੇ ਹੋ, ਡੇਟ ਔਰ ਟਾਈਮਿੰਗ ਤੁਹਾਨੂੰ ਮਿਲ ਜਾਂਦੀ ਆ, ਫਿਰ ਤੁਸੀਂ ਸੈਂਟਰ ਤੇ ਜਾਂਦੇ ਹੋ ਉਸ ਦਿਨ। ਸੈਂਟਰ ਤੇ ਜਾ ਕੇ ਅੰਦਰ ਜਾ ਕੇ ਆਪਣਾ ਗੱਡੀ ਨੰਬਰ ਸਾਰਾ ਕੁਛ ਤੁਸੀਂ ਭਰ ਕੇ ਆਉਂਦੇ ਹੋ। ਦੈਨ ਤੁਸੀਂ ਬਾਹਰ ਆ ਕੇ ਆਪਣੀ ਗੱਡੀ 'ਚ ਬੈਠ ਜਾਣਾ, ਇੱਕ ਇੰਸਟ੍ਰਕਟਰ ਆਏਗਾ ਤੁਹਾਡੇ ਕੋਲ, ਇੰਸਟ੍ਰਕਟਰ ਆ ਕੇ ਤੁਹਾਨੂੰ ਇਨਫੋਰਮੇਸ਼ਨ ਦੱਸੇਗਾ ਸਾਰੀ ਪਹਿਲਾਂ ਹਨਾ, ਫਿਰ ਤੁਹਾਡੇ ਨਾਲ ਗੱਡੀ 'ਚ ਬੈਠ ਕੇ ਫਿਰ ਉਹ ਸਾਰਾ ਸਿਸਟਮ ਰਿਪੀਟ ਹੋਏਗਾ G2 ਵਾਲਾ। ਬਟ ਉਹਦੇ ਵਿੱਚ ਕੀ ਹੋਏਗਾ, ਤੁਹਾਡੇ ਕੋਲੋਂ ਹਾਈਵੇ ਤੇ ਲੈ ਕੇ ਜਾਏਗਾ। ਹਾਈਵੇ ਤੇ ਤੁਹਾਡੇ ਕੋਲੋਂ 100 ਦੇ ਉੱਤੇ ਜਾਂ 90 ਦੇ ਉੱਤੇ ਜਿੰਨੇ ਦਾ ਵੀ ਹਾਈਵੇ ਆ, ਉਹਨੇ ਤੇ ਇਮਰਜ ਕਰਾਏਗਾ ਗੱਡੀ, ਮੀਨਸ ਹਾਈਵੇ ਤੇ ਚੜਾਏਗਾ, ਦੈਨ ਉਤਰਾਏਗਾ, ਦੈਨ ਮਤਲਬ ਸਾਰਾ ਕੁਝ ਉਹਦੇ ਚ ਆ ਜਾਣਾ G ਦੇ ਵਿੱਚ। ਔਰ G ਜਿਹੜਾ ਆ ਉਹ ਗੱਡੀ ਦਾ ਮੇਨ ਟੈਸਟ ਆ। ਹੁਣ G1 ਕਲੀਅਰ ਹੋ ਗਿਆ, G2 ਕਲੀਅਰ ਹੋ ਗਿਆ, G ਕਲੀਅਰ ਹੋ ਗਿਆ, 3 ਟੈਸਟ ਤੁਹਾਡੇ ਬੰਨੇ। ਹੁਣ ਤੁਹਾਡੇ ਕੋਲ ਗੱਡੀ ਦਾ ਸਭ ਤੋਂ ਵੱਡਾ ਟੈਸਟ ਆ ਗਿਆ ਜਿਹੜਾ ਸੀ G। ਤੁਸੀਂ G ਕਲੀਅਰ ਕਰ ਲਿਆ। ਹੁਣ ਟਰੱਕ ਦਾ ਬਣਾਉਣ ਵਾਸਤੇ ਤੁਹਾਨੂੰ ਕੀ ਚਾਹੀਦਾ, ਔਰ ਲਾਈਕ ਹਨਾ, ਹੁਣ ਤੁਹਾਡਾ ਮੇਨ ਟਰੱਕ ਦੀ ਪੌੜੀ ਤੁਸੀਂ ਚੜ ਗਏ ਸੀ G1 ਤੋਂ ਹੀ ਬਣਾ ਕੇ, G2 ਦੈਨ G। ਹੁਣ ਮੇਨ ਤੁਸੀਂ ਟਰੱਕ ਦੇ ਵੱਲ ਜਾ ਰਹੇ ਹੋ, ਕਿਉਂਕਿ ਹੁਣ ਤੁਹਾਡੇ ਕੋਲ ਗੱਡੀ ਦਾ ਤੁਸੀਂ ਵੱਡਾ ਲਾਇਸੈਂਸ ਬਣਾ ਲਿਆ। ਹੁਣ ਤੁਸੀਂ ਬਣਾਉਣਾ ਹੈ ਜੀ ਟਰੱਕ ਵਾਸਤੇ। ਟਰੱਕ ਵਾਸਤੇ ਬਣਾਉਣ ਲਈ ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਸਭ ਤੋਂ ਪਹਿਲਾਂ ਆਏਗਾ A। A ਦਾ ਟੈਸਟ ਜਿਹੜਾ ਹੁੰਦਾ ਆ ਉਹਦੇ ਵਿੱਚ ਕੀ ਹੁੰਦਾ, ਸੇਮ ਲਾਈਕ ਐਸ G1। G1 ਦੇ ਵਿੱਚ ਤੁਸੀਂ ਕੰਪਿਊਟਰ ਦੇ ਵਿੱਚ ਪੇਪਰ ਦਿੱਤਾ ਸੀ ਸਭ ਤੋਂ ਪਹਿਲਾਂ ਹਨਾ, ਉੱਦਾਂ ਹੀ A ਦੇ ਵਿੱਚ ਪੇਪਰ ਹੋਏਗਾ। ਇਹਦੇ ਵਿੱਚ ਕੁਐਸਚਨਸ ਹੁੰਦੇ ਆ 30 ਕੁਐਸਚਨਸ ਹੁੰਦੇ ਆ ਸਾਇੰਸ ਦੇ, ਔਰ 20 ਕੁਐਸਚਨਸ ਹੁੰਦੇ ਆ ਰੂਲਸ ਐਂਡ ਰੈਗੂਲੇਸ਼ਨ ਦੇ, ਜਿਹਦੇ ਵਿੱਚੋਂ 30 out of 24 ਤੁਹਾਨੂੰ ਸਹੀ ਕਰਨੇ ਹੁੰਦੇ ਆ, 20 out of 16 ਸਹੀ ਕਰਨੇ ਹੁੰਦੇ ਆ। ਹਾਂ ਹਾਂ, ਸੋ ਇਹਨਾਂ ਦੇ ਵਿੱਚ ਤੁਸੀਂ ਦੇਖ ਲਿਆ 30, 20 ਹਨਾ, ਤੁਸੀਂ ਕਿੰਨੇ ਸਹੀ ਕਰਨੇ, ਤੁਹਾਨੂੰ ਮੈਂ ਪ੍ਰੋਪਰ ਦੱਸ ਰਿਹਾ। ਕੋਈ ਲਾਈਕ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਅਗਰ ਤੁਸੀਂ ਸਪੋਜ਼ ਕਰੋ ਤੁਸੀਂ ਫੇਲ ਹੋ ਗਏ, ਤੁਸੀਂ ਕਹੋਗੇ ਹੁਣ ਮੈਂ ਕੀ ਕਰਨਾ, ਦੁਬਾਰਾ ਅੰਦਰ ਜਾ ਕੇ ਉਹਨਾਂ ਨੂੰ ਕਹੋ ਜੀ ਮੈਂ ਰੀਟੈਸਟ ਦੇਣਾ ਅਗੇਨ। ਉੱਥੇ ਹੀ ਉਹਨਾਂ ਨੇ ਤੁਹਾਨੂੰ ਦੁਬਾਰਾ ਤੁਹਾਡੇ ਕੋਲ $20 or $30 ਲੈਣੇ ਆ, ਉਹਨਾਂ ਨੇ ਤੁਹਾਡਾ ਦੁਬਾਰਾ ਟੈਸਟ ਵਾਸਤੇ ਤੁਹਾਡਾ ਨੰਬਰ ਲਾ ਦੇਣਾ, ਜਦੋਂ ਨੰਬਰ ਦੀ ਵਾਰੀ ਆਈ ਜਾ ਕੇ ਆਪਣਾ ਟੈਸਟ ਦੇ ਦਿਓ। ਬਟ ਇਹਦੇ ਟਾਈਮ ਤੇ ਤੁਹਾਨੂੰ ਆਪਣਾ ਇੱਕ ਮੈਡੀਕਲ ਕਰਾ ਕੇ ਲਾਣ ਲੈ ਕੇ ਜਾਣਾ ਪੈਣਾ ਆ, ਕਿਸੇ ਵੀ ਡਾਕਟਰ ਕੋਲ ਜਾ ਕੇ $50, $60 ਦਾ ਇੱਕ ਮੈਡੀਕਲ ਹੋ ਜਾਂਦਾ ਆ। ਉਹ ਮੈਡੀਕਲ ਤੁਸੀਂ ਰਿਪੋਰਟ ਲੈ ਕੇ ਤੁਸੀਂ ਡਰਾਈਵ ਟੈਸਟ ਦੇ ਉੱਤੇ ਆਪਣਾ ਇਹ ਦੇਣ ਵੇਲੇ ਤੁਸੀਂ ਜਾਣਾ ਆ। ਜਿਹੜਾ ਏ ਦਾ ਟੈਸਟ ਹੁੰਦਾ ਆ ਉਹਦੇ ਵਿੱਚ ਮੈਡੀਕਲ ਆਪਾਂ ਸਬਮਿਟ ਕਰਾਉਂਦੇ ਹਾਂ। ਏ ਦਾ ਪੇਪਰ ਹੋ ਗਿਆ, ਤੁਸੀਂ ਕਲੀਅਰ ਕਰ ਆਏ, ਕਲੀਅਰ ਕਰਕੇ ਆ ਕੇ ਦੈਨ ਵਾਰੀ ਆਉਂਦੀ ਆ ਜੀ Z ਦੀ। ਸੋ ਜਿਹੜਾ Z ਦਾ ਐਗਜ਼ਾਮ ਆ, Z ਦੇ ਐਗਜ਼ਾਮ ਦੇ ਵਿੱਚ ਤੁਸੀਂ ਏਅਰ ਬ੍ਰੇਕ ਸਿੱਖਦੇ ਹੋ। ਏਅਰ ਬ੍ਰੇਕਸ ਟਰੱਕ ਦੀ ਮੋਸਟ ਇੰਪੋਰਟੈਂਟ ਥਿੰਗ ਆ ਜੀ। ਏਅਰ ਬ੍ਰੇਕਸ ਤੁਸੀਂ ਛੋਟਾ ਟਰੱਕ ਚਲਾਓ, ਵੱਡਾ ਟਰੱਕ ਚਲਾਓ, ਡਜ਼ਨਟ ਮੈਟਰ, ਬਟ ਏਅਰ ਬ੍ਰੇਕਸ ਤੁਹਾਨੂੰ ਕਰਨੀਆਂ ਹੀ ਪੈਣੀਆਂ। ਸੋ ਜਿਹੜਾ Z ਦਾ ਪੇਪਰ ਹੁੰਦਾ ਹੈ ਜੀ, Z ਦੇ ਪੇਪਰ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਾਂ ਤਾਂ ਡਰਾਈਵ ਟੈਸਟ ਦੇ ਉੱਤੇ ਐਟ ਅ ਟਾਈਮ ਤੁਸੀਂ ਪੇਪਰ ਦੇ ਸਕਦੇ ਹੋ। Z ਦਾ ਕੁਐਸਚਨਸ ਆਉਂਦੇ ਆ, ਤੁਸੀਂ ਉਹਨਾਂ ਨੂੰ ਕਲੀਅਰ ਕਰਨਾ ਹੁੰਦਾ, ਠੀਕ ਹੈ। ਟਾਈਮ ਹੁੰਦਾ ਇੱਕ, ਉਹ ਟਾਈਮ ਦੇ ਵਿੱਚ ਉਹ ਕੁਐਸਚਨਸ ਨੂੰ ਕਲੀਅਰ ਕਰਨਾ ਹੁੰਦਾ, ਜੋ ਕਿ ਬਹੁਤ ਹੀ ਜ਼ਿਆਦਾ ਟਫ ਮੰਨਿਆ ਜਾਂਦਾ। ਜਨਤਾ ਆਪਣੇ ਇੱਥੇ ਕਰਦੀ ਨਹੀਂ, ਕਿਉਂਕਿ ਉਹ ਟਫ ਹੁੰਦਾ ਆ। ਉਹਦੇ ਨਾਲ ਉਹ ਸੌਖਾ ਤਰੀਕਾ ਜੋ ਹਰ ਕੋਈ ਫੋਲੋ ਕਰਦਾ ਆ ਇੱਥੇ, ਉਹ ਹੈਗਾ ਜੀ ਕਿਸੇ ਵੀ ਇੰਸਟ੍ਰਕਟਰ ਦੇ ਕੋਲ ਜਾ ਕੇ, ਕਿਸੇ ਵੀ ਇੱਕ Z ਦੀ ਕਲਾਸ ਜਿਹੜੇ ਦਿੰਦੇ ਆ ਉਹਨਾਂ ਦੇ ਕੋਲ ਜਾ ਕੇ 2 ਦਿਨ ਕਲਾਸਾਂ ਲਗਾਉਣੀਆਂ। ਉਹ ਤੁਸੀਂ ਮਤਲਬ ਵੀਕਡੇਜ਼ 'ਚ ਲਗਾ ਲਓ, ਵੀਕਐਂਡਸ 'ਚ ਲਗਾ ਲਓ ਕਲਾਸਾਂ ਲਗਾ ਕੇ। ਉਹਦੇ ਵਿੱਚ ਕੀ ਹੋਏਗਾ, ਤੁਹਾਡਾ ਇੱਕ ਦਿਨ ਤੁਹਾਨੂੰ ਪ੍ਰੋਪਰ ਸਿਖਾਉਣਗੇ, ਦੂਜੇ ਦਿਨ ਵੀ ਪ੍ਰੋਪਰ ਸਿਖਾਉਣਗੇ, ਏਅਰ ਬ੍ਰੇਕਸ ਬਾਰੇ ਦੱਸਣਗੇ ਸਾਰਾ ਕੁਝ ਹਨਾ, ਕਿੱਦਾਂ ਵਰਕ ਕਰਦੀਆਂ, ਕੀ ਕੀ ਚੀਜ਼ ਹੁੰਦੀ ਆ। ਦੈਨ ਦੂਸਰੇ ਦਿਨ ਦੇ ਲਾਸਟ ਤੁਹਾਡੇ ਕੋਲ ਐਗਜ਼ਾਮ ਲੈ ਲੈਣਗੇ,
ਐਮਸੀਕਿਊ ਹੀ ਐਗਜ਼ਾਮ ਹੋਣਾ ਆ ਐਮਸੀਕਿਊ ਐਗਜ਼ਾਮ ਤੋਂ ਬਾਅਦ ਤੁਹਾਡੇ ਕੋਲ ਨੈਕਸਟ ਵੀਕ ਸਰਟੀਫਿਕੇਟ ਮਿਲ ਜਾਂਦਾ ਹੈ ਜਿਹੜਾ ਗਵਰਨਮੈਂਟ ਵੱਲੋਂ ਇਸ਼ੂ ਹੋ ਜਾਂਦਾ ਠੀਕ ਹੈ ਜੀ ਜਿਹੜਾ ਉਹ ਤੁਸੀਂ ਜੈੱਡ ਦੀ ਤਿਆਰੀ ਕਰਨ ਵੇਲੇ ਹੁਣ ਜਿਹੜੇ ਪੈਸੇ ਆ ਪਲੀਜ਼ ਉਹ ਚੇਂਜ ਹੁੰਦੇ ਰਹਿੰਦੇ ਆ ਇਹ ਨਾ ਕਿਹੋ ਕਿ ਬਾਈ ਤੁਸੀਂ ਪੈਸੇ ਨਹੀਂ ਦੱਸੇ ਪੈਸੇ ਚੇਂਜ ਹੁੰਦੇ ਰਹਿੰਦੇ ਆ ਕਦੀ ਫੀਸ ਵੱਧ ਜਾਂਦੀ ਹੈ ਕਦੀ ਫੀਸ ਘੱਟ ਜਾਂਦੀ ਹੈ ਮੈਂ ਤਾਂ ਕਰਕੇ ਪੈਸੇ ਨਹੀਂ ਦੱਸ ਰਿਹਾ ਅਤੇ ਮੈਂ ਤੁਹਾਨੂੰ ਉੱਕਾ ਉੱਕਾ ਦੱਸ ਰਿਹਾ ਹੈ ਨਾ ਸੋ ਜੈੱਡ ਦੇ ਵਿੱਚ ਕੀ ਹੋਇਆ ਮੈਂ ਗਿਆ ਮੈਂ ਕਲਾਸ ਲਗਾਈ ਕਲਾਸ ਪਹਿਲੇ ਦਿਨ ਕਲਾਸ ਚੱਲੀ ਦੂਜੇ ਦਿਨ ਕਲਾਸ ਚੱਲੀ ਉਹਦੇ ਵਿੱਚ ਆਵਰਸ ਤੁਸੀਂ ਲਾਈਕ ਉਹ ਹੁੰਦੇ ਆ 8-8 ਘੰਟੇ ਦੀ ਅਪ ਕਲਾਸ ਹੁੰਦੀ ਆ ਸੋ ਦੋ ਦਿਨ ਕਲਾਸਾਂ ਲਗਾਈਆਂ ਦੂਜੇ ਦਿਨ ਲਾਸਟ 'ਤੇ ਮੇਰਾ ਐਗਜ਼ਾਮ ਹੋਇਆ ਦੈਨ ਇੱਕ ਵੀਕ ਬਾਅਦ ਜਿਵੇਂ ਮੈਂ ਮੰਡੇ ਕਲਾਸ ਲਗਾਈ ਤਾਂ ਨੈਕਸਟ ਮੰਡੇ ਨੂੰ ਜਾਂ ਟਿਊਜ਼ਡੇ ਨੂੰ ਮੈਨੂੰ ਮੇਰਾ ਸਰਟੀਫਿਕੇਟ ਮਿਲ ਗਿਆ ਸੋ ਹੁਣ ਜਿਹੜਾ ਉਹ ਤੁਹਾਨੂੰ ਸਰਟੀਫਿਕੇਟ ਮਿਲਿਆ ਗਿਆ ਤੁਹਾਨੂੰ ਮਿਲ ਗਿਆ ਕੰਗ੍ਰੈਚੁਲੇਸ਼ਨ ਜਿਹੜਾ ਹੁਣ ਉਹ ਸਰਟੀਫਿਕੇਟ ਮਿਲਿਆ ਉਹ ਸਰਟੀਫਿਕੇਟ ਲੈ ਕੇ ਤੁਸੀਂ ਜਾਣਾ ਹੈ ਜੀ ਡਰਾਈਵ ਟੈਸਟ ਦੇ ਉੱਤੇ ਡਰਾਈਵ ਟੈਸਟ 'ਤੇ ਜਾ ਕੇ ਦੁਬਾਰਾ ਤੁਸੀਂ ਉਹ ਆਪਣਾ ਸਬਮਿਟ ਕਰਾਉਣਾ ਜੇ ਤੁਸੀਂ ਉਹ ਸਬਮਿਟ ਨਹੀਂ ਕਰਾਓਗੇ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਕਿ ਉਹ ਮੰਨਿਆ ਨਹੀਂ ਜਾਏਗਾ ਤੁਹਾਡੇ ਕਿਤੇ ਵੀ ਰੈਕਡ 'ਤੇ ਨਹੀਂ ਚੜੇਗਾ ਔਰ ਜਿਹੜਾ ਇਹ ਜੈੱਡ ਦਾ ਪੇਪਰ ਹੁੰਦਾ ਹੈ ਸਿਰਫ 6 ਮੰਥ ਵਾਸਤੇ ਵੈਲਿਡ ਹੁੰਦਾ ਠੀਕ ਹੈ ਜੀ ਸੋ ਲਾਈਕ ਜਿਹਨੇ ਏ ਜੈੱਡ ਬਣਾਉਣਾ ਹੋਵੇ ਹੈ ਨਾ ਇਹ ਉਹਦੇ ਵਾਸਤੇ ਮੈਂ ਤੁਹਾਨੂੰ ਦੱਸ ਰਿਹਾ ਇਹ ਸੋ ਆਪਣਾ ਜਾ ਕੇ ਸਰਟੀਫਿਕੇਟ ਸਬਮਿਟ ਕਰਾ ਦਿਓ ਤੁਹਾਨੂੰ ਜੈੱਡ ਦਾ ਲਾਇਸੈਂਸ ਤੁਹਾਡਾ ਮਿਲ ਜਾਏਗਾ ਸੋ ਜੈੱਡ ਦਾ ਲਾਇਸੈਂਸ ਬਣ ਗਿਆ ਹੁਣ ਤੁਹਾਡੇ ਕੋਲ ਆ ਗਿਆ G1 G2 G A1 ਜੈੱਡ ਠੀਕ ਹੈ ਸੋ ਤੁਹਾਡੇ ਕੋਲ ਸਾਰੇ ਆ ਗਏ ਹੁਣ ਰਹਿ ਗਿਆ ਫਾਈਨਲ A Jet ਬਣਾਉਣ ਵਾਸਤੇ ਕੀ ਕਰਨਾ ਪੈਣਾ A Jet ਮੀਨਸ ਵੱਡਾ ਟਰੱਕ ਚਲਾਉਣਾ ਵੱਡਾ ਟਰੱਕ 53 ਫੀਟ ਚਲਾ ਲਓ ਜਿਹੜਾ ਮਰਜ਼ੀ ਹੋ ਜਾਵੇ ਵੱਡਾ ਟਰੱਕ ਚਲਾਉਣਾ ਹੁਣ ਜਿਹੜਾ A Jet ਹੁੰਦਾ ਆ ਉਹਦੇ ਵਿੱਚ ਤੁਹਾਨੂੰ ਕੁਝ ਇੱਕ ਲਾਈਕ ਦਿਨ ਹੁੰਦੇ ਆ ਕੁਝ ਘੰਟੇ ਹੁੰਦੇ ਆ ਉਹ ਪੂਰੇ ਕਰਨੇ ਪੈਂਦੇ ਆ ਜੋ ਤੁਸੀਂ ਫਿਰ ਇੰਸਟ੍ਰਕਟਰ ਕੋਲ ਜਾ ਕੇ ਪੂਰੇ ਕਰਦੇ ਹੋ ਇੰਸਟ੍ਰਕਟਰ ਕੋਲ ਟਰੱਕ ਸਿੱਖਦੇ ਹੋ ਉਹ ਆਵਰਸ ਆਪਣੇ ਕੰਪਲੀਟ ਕਰਦੇ ਹੋ ਹਨਾ ਤੇ ਫਿਰ ਆਪਣਾ ਪੇਪਰ ਬੁੱਕ ਕਰਦੇ ਹੋ ਉਹਦੇ ਵਿੱਚ ਤੁਸੀਂ ਟਰੱਕ ਸਾਰਾ ਸਿੱਖਦੇ ਹੋ ਮੈਂ ਕਿਸੇ ਦਿਨ ਟਰਾਈ ਕਰੂੰਗਾ ਕਿ ਮੈਂ ਆਪਣੇ ਭਾਜੀ ਕੋਲ ਜਾਵਾਂ ਜਿੱਥੇ ਮੈਂ ਸਿੱਖਿਆ ਸੀ ਉਹਨਾਂ ਦੇ ਕੋਲ ਇੱਕ ਵੀਡੀਓ ਬਣਾ ਕੇ ਲੈ ਕੇ ਆਵਾਂ ਜਿੱਦਾਂ ਉਹ ਸਿਖਾਉਂਦੇ ਆ ਤੁਹਾਨੂੰ ਥੋੜ੍ਹੀ ਨੌਲੇਜ ਹੋ ਜਾਵੇ ਕਿੱਦਾਂ ਟਰੱਕ ਸਿਖਾਉਂਦੇ ਆ ਇੱਥੇ ਸੋ ਆਈ ਵਿਲ ਟਰਾਈ ਕਿ ਮੈਂ ਉਹ ਵੀ ਵੀਡੀਓ ਬਣਾ ਸਕਾਂ ਅਤੇ ਉਹਦੇ ਵਿੱਚ ਤੁਸੀਂ ਕੀ ਕਰੋਗੇ ਕਿ ਤੁਸੀਂ ਆਪਣੀ ਟ੍ਰੇਨਿੰਗ ਲਿੱਤੀ ਜਿਵੇਂ ਤੁਸੀਂ 10 ਦਿਨ 15 ਦਿਨ 20 ਦਿਨ ਤੁਸੀਂ ਟ੍ਰੇਨਿੰਗ ਲੈ ਲਈ ਦੈਨ ਤੁਸੀਂ ਪੇਪਰ ਆਪਣਾ ਐਗਜ਼ਾਮ ਭਰ ਦਿੰਦੇ ਹੋ ਤੁਹਾਡਾ ਤੁਸੀਂ ਜਿਹਨਾਂ ਕੋਲ ਸਿੱਖਿਆ ਉਹ ਤੁਹਾਡਾ ਐਗਜ਼ਾਮ ਭਰਦੇ ਆ ਹਰ ਕਿਸੇ ਦੀ ਆਪਣੀ ਆਪਣੀ ਫੀਸ ਆ ਮੈਂ ਉਹ ਵੀ ਰਿਕਮੈਂਡ ਨਹੀਂ ਕਰੂੰਗਾ ਕਿ ਹਰ ਕੋਈ ਕਿ ਹਰ ਸਕੂਲ ਆਪਣੀ ਆਪਣੀ ਫੀਸ ਲੈ ਰਿਹਾ ਅਤੇ ਤੁਸੀਂ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਪਣਾ ਪੇਪਰ ਜਦੋਂ ਤੁਹਾਡਾ ਪੇਪਰ ਬੁੱਕ ਹੋ ਜਾਂਦਾ ਤੁਸੀਂ ਪੇਪਰ ਦੇਣ ਜਾਂਦੇ ਹੋ ਪੇਪਰ ਦੇ ਕੇ ਸਭ ਤੋਂ ਮੇਨ ਚੀਜ਼ ਆ ਗਈ ਹੁਣ ਜਦੋਂ ਪੇਪਰ ਦੇਣ ਗਏ ਤਾਂ ਪੇਪਰ ਦੇ ਕੇ ਪਾਸ ਹੋਏ ਜਾਂ ਫੇਲ ਹੋਏ ਇਹ ਤੁਹਾਡੇ 'ਤੇ ਆ ਜਿਵੇਂ ਸਾਰੇ ਪ੍ਰੋਸੈਸ ਵਿੱਚ ਚੱਲਦਾ ਸੀ ਉੱਦਾਂ ਹੀ ਏਜੈਂਟ ਦੇ ਪ੍ਰੋਸੈਸ ਵਿੱਚ ਹੈਗਾ ਪਾਸ ਫੇਲ ਡਜ਼ਨਟ ਮੈਟਰ ਬਟ ਇੱਕ ਗੱਲ ਜ਼ਰੂਰ ਆ ਕਿ ਜੇ ਚੰਗੀ ਤਰ੍ਹਾਂ ਤਿਆਰੀ ਕਰਕੇ ਜਾਓਗੇ ਤਾਂ ਕਿਸਮਤ ਨਾਲ ਤੁਹਾਡੇ ਹੋਏਗੀ ਤਾਂ ਤੁਸੀਂ ਜ਼ਰੂਰ ਕਲੀਅਰ ਕਰੋਗੇ ਹਾਈਪਰ ਨਾ ਹੋਇਓ ਬਹੁਤ ਈਜ਼ੀ ਹੁੰਦਾ ਕਲੀਅਰ ਹੋ ਜਾਂਦਾ ਸੋ ਇਹ ਸੀ ਸਾਰੇ ਸਟੈਪ 1 by 1 ਤੁਹਾਨੂੰ ਮੈਂ ਸਾਰਾ ਕੁਝ ਦੱਸਤਾ ਕਿਹੜੇ ਕਿਹੜਾ ਪ੍ਰੋਸੈਸ ਹੈ ਕਿੱਦਾਂ ਕਿੱਦਾਂ ਤੁਸੀਂ ਫੋਲੋ ਕਰਨਾ ਅਗਰ ਤਾਂ ਵੀਡੀਓ ਤੁਹਾਨੂੰ ਮਾਸਾ ਜਿਹੀ ਵੀ ਇਨਫੋਰਮੇਟਿਵ ਲੱਗੀ ਆ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਸਾਰੇ ਫਰੈਂਡਸ ਦੇ ਨਾਲ ਅਗਰ ਹੋਰ ਟਰੱਕ ਦੀਆਂ ਵੀਡੀਓਜ਼ ਦੇਖਣੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੰਗੀ ਹੈ ਨਾ ਤਾਂ ਬੈਲ ਆਈਕਨ ਨੂੰ ਔਨ ਕਰ ਲਿਓ ਨਹੀਂ ਤਾਂ ਹੋਰ ਵੀ ਬਹੁਤ ਯੂਟਿਊਬਰਸ ਹੈਗੇ ਆ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਮੈਂ ਬੜਿਆਂ ਨੂੰ ਫੋਲੋ ਕਰਦਾ ਪੇਂਡੂ ਕੈਨੇਡੀਅਨ ਭਾਜੀ ਹੋ ਗਏ ਹਾਂ ਹੋਰ ਵੀ ਹੈਗੇ ਆ ਮੈਂ ਇਰਮਨ ਭਾਜੀ ਹੋ ਗਏ ਹੋਰ ਵੀ ਟਰੱਕਾਂ ਵਾਲੇ ਹੈਗੇ ਆ ਮੈਂ ਪਲੀਜ਼ ਇਹ ਨਾ ਕਹੋ ਕਿ ਮੈਂ ਲਾਈਕ ਉਹ ਕਰ ਰਿਹਾ ਕਿ ਜਾਏ ਮਤਲਬ ਸਿੰਪਤੀ ਨਹੀਂ ਹਨਾ ਉਹ ਚੀਜ਼ ਨਾ ਕਰਿਓ ਮੈਨੂੰ ਜਿਹੜੇ ਵਧੀਆ ਲੱਗਦੇ ਜਿਹਨਾਂ ਨੂੰ ਮੈਂ ਫੋਲੋ ਕਰਦਾ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਦਾ ਸੋ ਤੁਸੀਂ ਉਹਨਾਂ ਦੀ ਵੀਡੀਓਜ਼ ਵੀ ਦੇਖ ਸਕਦੇ ਹੋ ਅਗਰ ਮੇਰੀਆਂ ਵਧੀਆ ਲੱਗ ਰਹੀਆਂ ਮੇਰੀਆਂ ਦੇਖ ਲਿਆ ਕਰਿਓ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਾ ਕਮੈਂਟ ਲਾਈਕ ਸ਼ੇਅਰ ਪਲੀਜ਼ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਜੋ ਕਰਨਾ ਕਰੋ ਪਰ ਆਪਣੇ ਘਰਦਿਆਂ ਨੂੰ ਤੰਗ ਨਾ ਕਰੋ ਮਿਲਦੇ ਹਾਂ ਨਿਊ ਵਲੌਗ ਦੇ ਵਿੱਚ ਟਿਲ ਦੈਨ ਬਾਏ 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 ਮਾਝੇ ਵਾਲੇ ਜ਼ਰੂਰ ਕਹਿ ਕੇ ਜਾਇਓ ਬਸ।